ਮੈਂ ਸੁਖਵਿੰਦਰ ਕੌਰ, ਪਤਨੀ ਸ਼ਹੀਦ ਦਲਜੀਤ ਸਿੰਘ, ਵਾਸੀ ਸੁਨਾਮ। ਠੀਕ ਹੈ ਜੀ, ਸ਼ਰਧਾਂਜਲੀ ਪ੍ਰੋਗਰਾਮ ਸੀਗਾ, ਕਿਸ ਤਰ੍ਹਾਂ ਦੀ ਪੁਲਿਸ ਨੂੰ ਮਦਦ ਕਰਨੀ ਚਾਹੀਦੀ ਪਰਿਵਾਰਾਂ ਨੂੰ? ਅੱਜ ਜਿਹੜਾ ਸ਼ਰਧਾਂਜਲੀ ਸਮਾਰੋਹ ਇੱਥੇ ਪੁਲਿਸ ਲਾਈਨ ਦੇ ਵਿੱਚ ਮਨਾਇਆ ਜਾ ਰਿਹਾ, ਇਹ ਹਰ ਸਾਲ ਦੀ ਤਰ੍ਹਾਂ ਹੀ ਬੜੇ ਵਧੀਆ ਤਰੀਕੇ ਦੇ ਨਾਲ ਪੰਜਾਬ ਪੁਲਿਸ ਸਾਡੀ ਜਿਹੜਾ ਸਟੇਟ ਲੈਵਲ ਦਾ ਫੰਕਸ਼ਨ ਹੁੰਦਾ ਉਹ ਜਲੰਧਰ ਮਨਾਉਂਦੇ ਆ, ਅਤੇ ਜਿਹੜਾ ਡਿਸਟ੍ਰਿਕਟ ਲੈਵਲ ਦਾ ਹੁੰਦਾ ਉਹ ਸਾਡੀਆਂ ਪੁਲਿਸ ਲਾਈਨਾਂ ਦੇ ਵਿੱਚ ਸਾਡੇ ਜਿਹੜੇ ਐਸ ਐਸ ਪੀ ਸਾਹਿਬਾਨਾਂ ਦੀ ਰਹਿਨਮਾਈ ਹੇਠ ਮਨਾਇਆ ਜਾਂਦਾ, ਅਤੇ ਬਹੁਤ ਵਧੀਆ ਪ੍ਰੋਗਰਾਮ। ਅੱਜ ਵੀ ਸ਼ਰਧਾਂਜਲੀ ਸਮਾਰੋਹ ਸ਼ਹੀਦਾਂ ਨੂੰ ਯਾਦ ਕੀਤਾ ਗਿਆ, ਤਾਂ ਅਸੀਂ ਟਾਈਮ ਟੂ ਟਾਈਮ ਜਦੋਂ ਦਾ ਇਹ ਅੱਤਵਾਦ ਚੱਲਿਆ ਸੀ ਅਤੇ ਜਿੰਨੇ ਸਾਡੇ ਪੁਲਿਸ ਮੁਲਾਜ਼ਮਾਂ ਨੇ ਜਿਹਦੇ ਵਿੱਚ ਹੋਮਗਾਰਡ ਅਤੇ ਐਸ ਪੀ ਓ ਸਾਰੇ ਸ਼ਹੀਦ ਹੋਏ ਸੀਗੇ, ਉਹਨਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਸੀ ਉਹਨਾਂ ਨੂੰ ਯਾਦ ਰੱਖਦੇ ਹੋਏ ਸਾਡੇ ਜਿਹੜੇ ਪੁਲਿਸ ਅਫਸਰ ਨੇ ਮੌਕੇ ਮੌਕੇ 'ਤੇ ਸਾਡੇ ਪਰਿਵਾਰਾਂ ਦਾ ਧਿਆਨ ਰੱਖਦੇ ਨੇ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਸਾਡੇ ਪਰਿਵਾਰਾਂ ਨੇ ਸਾਡੇ ਨਾਲ ਬਹੁਤ ਵਧੀਆ ਸਾਥ ਨਿਭਾਇਆ, ਅਤੇ ਸਾਡੇ ਬੱਚਿਆਂ ਨੂੰ ਅੱਗੇ ਜੋਬ ਵੀ ਮਿਲੀਆਂ ਨੇ, ਉਹਨਾਂ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ। ਸਾਡੇ ਅਫਸਰ ਸਾਹਿਬਾਨ ਸਾਡੇ ਨਾਲ ਹਰ ਵੇਲੇ ਦੁੱਖ ਸੁੱਖ ਹਰ ਇੱਕ 'ਚ ਹਾਜ਼ਰ ਰਹਿੰਦੇ ਨੇ, ਅਤੇ ਇਸ ਤੋਂ ਪਹਿਲਾਂ ਸਾਡੇ ਡੀ ਜੀ ਪੀ ਸਾਹਿਬਾਨ ਜਿੰਨੇ ਸੀਗੇ ਉਹਨਾਂ ਨੇ ਟਾਈਮ ਟੂ ਟਾਈਮ ਜਿੱਦਾਂ ਸਾਡੀ ਇੱਕ ਇੱਕ ਬੱਚਿਆਂ ਦੀ ਪਹਿਲਾਂ ਜੋਬ ਸੀ ਸੈਣੀ ਸਾਹਿਬ ਦੇ ਟਾਈਮ 'ਤੇ ਅਸੀਂ ਬੇਨਤੀ ਕੀਤੀ ਸੀ, ਅਤੇ ਉਹਨਾਂ ਨੇ ਸਾਡੀ ਰਿਕੁਐਸਟ ਉੱਤੇ ਇੱਕ ਇੱਕ ਬੱਚਾ ਸਾਡਾ ਨਾਲ ਹੋਰ ਐਡਜਸਟ ਕੀਤਾ ਸੀ। ਉਹਦੇ ਵਿੱਚ ਵੀ ਮੇਰੀ ਬੇਨਤੀ ਇਹ ਅੱਜ ਕਿ ਜਿਹੜੇ ਪਰਿਵਾਰਾਂ ਦੇ ਬਲੱਡ ਰਿਲੇਸ਼ਨ, ਮੈਂ ਇਹ ਵੀ ਨਹੀਂ ਕਹਿੰਦੀ ਕਿ ਬਹੁਤ ਲੰਮੇ ਦੂਰ ਤੱਕ ਦੇ ਕੋਈ ਦਿਉਰਾਂ ਜੋਠਾਂ ਵਾਲਾ ਸਿਸਟਮ, ਬਲੱਡ ਰਿਲੇਸ਼ਨ ਦੇ ਵਿੱਚ ਜਿਹੜੇ ਇੱਕ ਇੱਕ ਬੱਚਾ ਕਿਸੇ ਦਾ ਰਹਿ ਗਿਆ ਉਹਨਾਂ ਨੂੰ ਵੀ ਜੋਬ ਦਿੱਤੀ ਜਾਵੇ। ਇੱਕ ਸਾਡਾ ਅਸੀਂ ਇਹ ਪਿਛਲੇ 15 ਦਿਨ ਤੋਂ ਚੰਡੀਗੜ੍ਹ ਬੈਠੇ ਹੋਏ ਸੀ, ਸਾਡੇ ਪਰਿਵਾਰ, ਮੈਂ ਆਪ ਉਹਨਾਂ ਨੂੰ ਨਾਲ ਲੈ ਕੇ, ਅਤੇ ਅਸੀਂ ਸੁਖਜਿੰਦਰ ਸਿੰਘ ਜਿਹੜੇ ਸਾਡੇ ਇਸ ਵੇਲੇ ਡਿਪਟੀ ਸੀ ਐੱਮ ਨੇ ਉਹਨਾਂ ਨੂੰ ਮਿਲ ਕੇ, ਉਹਨਾਂ ਕੋਲ ਸਾਡਾ ਡਿਪਾਰਟਮੈਂਟ ਵੀ ਹੈ, ਅਸੀਂ ਬੇਨਤੀ ਕਰਕੇ ਆਏ ਸੀ, ਅਤੇ ਕੁਛ ਸਾਡੀਆਂ ਮੰਗਾਂ ਸੀ ਜਿਹਦੇ ਵਿੱਚ ਉਹਨਾਂ ਨੇ ਥੋੜ੍ਹੀਆਂ ਜਿਹੀਆਂ ਤਾਂ ਪ੍ਰਵਾਨ ਕਰ ਲਈਆਂ, ਜਿਹਦੇ ਵਿੱਚ ਇੱਕ ਤਾਂ ਅਸੀਂ ਮੰਗ ਰੱਖੀ ਸੀ ਕਿ ਸਾਡੇ ਬੱਚਿਆਂ ਨੂੰ, ਸ਼ਹੀਦਾਂ ਦੇ ਬੱਚਿਆਂ ਨੂੰ ਰੈਂਕ ਅਪ ਕੀਤਾ ਜਾਵੇ, ਜੋ ਜੇ ਕੋਈ ਸਿਪਾਹੀ ਹੈ ਤਾਂ ਉਹਨੂੰ ਹੌਲਦਾਰ ਇੱਕ ਰੈਂਕ ਉੱਪਰ ਦਿੱਤਾ ਜਾਵੇ, ਉਹ ਉਹਨਾਂ ਨੇ ਐਕਸੈਪਟ ਕਰ ਲਈ ਸੀਗੀ। ਦੂਸਰਾ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਜਿਹੜੇ ਬੱਚੇ ਸਾਡੇ 2004 ਤੋਂ ਬਾਅਦ 'ਚ ਭਰਤੀ ਹੋਏ ਨੇ ਉਹਨਾਂ ਨੂੰ ਪੈਨਸ਼ਨ ਲਾਗੂ ਕੀਤੀ ਜਾਵੇ, ਉਹਨਾਂ ਨੇ ਉਹ ਵੀ ਮਨਜ਼ੂਰ ਕਰ ਲਈ ਸੀ ਸਾਡੀ। ਇੱਕ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਸਾਡੇ ਸ਼ਹੀਦ ਪਰਿਵਾਰਾਂ ਨੂੰ ਜਿਹੜਾ 300 ਯੂਨਿਟ ਤੁਸੀਂ ਪੰਜਾਬ ਸਰਕਾਰ ਮਾਫ਼ ਕਰ ਰਹੀ ਹੈ ਉਹ ਵੀ ਕਰ ਦਿਓ, ਉਹ ਵੀ ਕਰ ਲਿਆ ਸੀ। ਉਹਦੇ ਵਿੱਚ ਅਸੀਂ ਇੱਕ ਐਕਸਗ੍ਰੇਸ਼ੀਆ ਗ੍ਰਾਂਟ ਸੀ ਜਿਹੜੀ ਸਾਡੇ ਪਰਿਵਾਰਾਂ ਨੂੰ ਉਦੋਂ ਮਰਨ 'ਤੇ, ਸ਼ਹੀਦ ਹੋਣ 'ਤੇ ਬਹੁਤ ਥੋੜ੍ਹੀ ਮਿਲੀ ਸੀ, ਕੋਈ ਕਿਸੇ ਨੂੰ 50,000, ਕਿਸੇ ਨੂੰ 1,00,000, ਕਿਸੇ ਸਰ ਅੱਜ ਕੀ ਕਹੋਗੇ ਜਿਹੜੇ ਪੁਲਿਸ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੂੰ ਅੱਜ ਸ਼ਰਧਾਂਜਲੀ ਦਿੱਤੀ ਗਈ ਹੈ, ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਅਤੇ ਉਹਨਾਂ ਲਈ ਖਾਸ ਤੌਰ 'ਤੇ ਕੀ ਕਰੋ? ਯੂਨੀਫਾਰਮ ਸਰਵਿਸ 'ਚ ਵੈਲਫੇਅਰ ਮੈਜਰ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਰਹਿੰਦਾ ਹੈ, ਅਤੇ ਜਿੰਨੇ ਵੀ ਸ਼ਹੀਦ ਪਰਿਵਾਰ ਹੈ, ਮੇਰਾ ਤਾਂ ਇਹੀ ਸੰਦੇਸ਼ ਇਹਨਾਂ ਨੂੰ ਵੀ ਸੀਗਾ, ਅਤੇ ਆਪਾਂ ਸਿਵਲ ਡਿਪਾਰਟਮੈਂਟ, ਜੁਡੀਸ਼ੀਅਲ ਆਫਿਸਰਸ ਨੂੰ ਬੁਲਾਇਆ ਹੋਇਆ ਸੀਗਾ, ਡੀ ਸੀ ਸਾਹਿਬ ਆਏ ਸੀਗੇ, ਸੈਸ਼ਨ ਜੱਜ ਸਾਹਿਬ ਆਏ ਸੀਗੇ, ਕਿ ਸਾਡੀ ਇੱਕ ਐਕਸਟੈਂਡਡ ਫੈਮਿਲੀ ਹੈ ਅਤੇ ਕੋਈ ਵੀ ਇਹਨਾਂ ਨੂੰ ਕਿਸੇ ਵੀ ਤਰੀਕੇ ਦੀ ਦੁੱਖ ਤਕਲੀਫ ਹੋਏ ਅਤੇ ਫੈਮਿਲੀ ਮੈਂਬਰ, ਸਾਨੂੰ ਫੈਮਿਲੀ ਮੈਂਬਰ ਸਮਝਣ ਸਾਡੇ ਕੋਲ। ਮਨਜੀਤ ਕੌਰ, ਹਾਂਜੀ ਠੀਕ ਠਾਕ ਜੀ, ਠੀਕ ਠਾਕ, ਹਾਂਜੀ ਹਾਂ, ਟਾਈਮ ਟਾਈਮ